ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰਲ ਨੌਲੇਜ ਵਿਲਾ ਉੱਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਵੱਡੀ ਖਬਰ ਲੈ ਕੇ ਆਇਆ ਹਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸ ਦੀ ਜਿਹੜੀ ਵੈਬਸਾਈਟ ਉੱਪਰ ਅੱਜ ਇੱਕ ਹੋਰ ਜਿਹੜੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਿਹੜਾ ਨੋਟੀਫਿਕੇਸ਼ਨ ਐਗਜ਼ਾਮ ਡੇਟਸ ਲਈ ਜਿਹੜਾ ਅਪਲੋਡ ਕੀਤਾ ਗਿਆ ਹੈ ਇਹ ਜੀ ਨਵੀਆਂ ਜਿਹੜੀਆਂ ਐਗਜ਼ਾਮ ਦੀਆਂ ਨਵੀਆਂ ਮਿਤੀਆਂ ਇਸ ਵਿੱਚ ਦੱਸੀਆਂ ਗਈਆਂ ਹਨ ਇੱਕ ਜਿਹੜਾ ਨੋਟੀਫਿਕੇਸ਼ਨ 8 ਤਰੀਕ ਨੂੰ ਜਿਹੜਾ ਅਪਲੋਡ ਕੀਤਾ ਗਿਆ ਸੀ ਪਰ ਅੱਜ ਫਿਰ ਇਹਨਾਂ ਦੇ ਵਿੱਚ ਜੋ ਤਬਦੀਲੀਆਂ ਕੀਤੀਆਂ ਗਈਆਂ ਹਨ ਮੈਂ ਤੁਹਾਨੂੰ ਨੋਟੀਫਿਕੇਸ਼ਨ ਉੱਪਰ ਲੈ ਕੇ ਜਾਵਾਂ ਉਸ ਤੋਂ ਪਹਿਲਾਂ ਲਾਂ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਦੋਸਤੋ ਮੈਂ ਤੁਹਾਨੂੰ ਨੋਟੀਫਿਕੇਸ਼ਨ ਉੱਪਰ ਲੈ ਚੱਲਦਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਗ੍ਰੇਡ 2 ਦੇ ਏ ਰੇਡੀਓਗ੍ਰਾਫਰ ਆਪਰੇਸ਼ਨ تھیਟਰ ਅਸਿਸਟੈਂਟ ਦਾ ਜਿਹੜਾ ਪੇਪਰ ਹੈ ਉਹ 22 9 2020 ਨੂੰ ਹੋਣਾ ਹੈ ਜੀ ECG ਟੈਕਨੀਸ਼ੀਅਨ ਦਾ ਵੀ 22 9 2020 ਨੂੰ ਹੋਣਾ ਜੀ ਟਿਊਸਡੇ ਨੂੰ ਅਤੇ 5ਵੇਂ ਨੰਬਰ ਤੇ ਫਾਰਮੈਸਿਸਟ ਫਾਰਮੇਸੀ ਅਫੀਸਰ ਦਾ ਜਿਹੜਾ ਪੇਪਰ ਹੈ 4 10 2020 ਸੰਡੇ ਨੂੰ ਹੋਣਾ ਹੈ ਮੈਡੀਕਲ ਅਫੀਸਰ ਜਨਰਲ ਅਤੇ ਮੈਡੀਕਲ ਅਫੀਸਰ ਡੈਂਟਲ ਦਾ ਜਿਹੜਾ 11 10 2020 ਸੰਡੇ ਨੂੰ ਹੋਣਾ ਹੈ ਤੇ ਮਲਟੀ ਪਰਪਸ ਹੈਲਥ ਵਰਕਰ ਦਾ ਮੇਲ ਦਾ ਜਿਹੜਾ ਤੇ ਫੀਮੇਲ ਦਾ ਹੈ 1112020 ਨੂੰ ਜਿਹੜਾ ਪੇਪਰ ਰੱਖਿਆ ਗਿਆ ਹੈ ਦੋਸਤੋ ਇਹ ਜਿਹੜਾ ਪੇਪਰ ਪਹਿਲਾਂ 25 10 2020 ਨੂੰ ਹੋਣਾ ਸੀ ਪਰ ਹੁਣ ਇਹ ਇਸ ਦੀ ਜੋ ਮਿਤੀ ਹੈ ਤਬਦੀਲ ਕਰਕੇ ਇਸ ਦਾ ਜੋ ਐਗਜ਼ਾਮ ਡੇਟ ਹੈ ਐਗਜ਼ਾਮ ਡੇਟ ਹੈਗੀ ਜੀ ਉਹ 11 11 2020 ਨੂੰ ਰੱਖ ਦਿੱਤੀ ਗਈ ਹੈ ਤਾਂ ਤੁਸੀਂ ਇਹ ਜਿਹੜਾ ਨੋਟੀਫਿਕੇਸ਼ਨ ਜ਼ਰੂਰ ਡਾਊਨਲੋਡ ਕਰ ਲੈਣਾ ਹੈ ਇਹ ਸੀ ਜੀ ਐਗਜ਼ਾਮ ਡੇਟਸ ਬਾਰੇ ਨਵੀਂ ਨੋਟੀਫਿਕੇਸ਼ਨ ਅਤੇ ਹੋਰ ਅਪਡੇਟ ਵਾਸਤੇ ਤੁਸੀਂ ਸਾਡੇ ਇਸ ਚੈਨਲ ਨਾਲ ਜੁੜੇ ਰਹੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ